ਸਤਿ ਸ਼੍ਰੀ ਅਕਾਲ ਦੋਸਤੋ। ਸੋ ਮੈਂ ਆਪਣੇ ਸਮੇਂ ਮੁਤਾਬਕ ਹਾਜ਼ਰ ਹਾਂ ਜੀ ਪ੍ਰੋਗਰਾਮ ਪੰਜਾਬੀ ਓ ਜਾਗਦੇ ਕਿ ਸੁੱਤੇ ਲੈ ਕੇ। ਉਮੀਦ ਕਰਦਾ ਕਿ ਤੁਹਾਨੂੰ ਸਾਡੇ ਐਪੀਸੋਡ ਜਿਹੜੇ ਨੇ ਉਹ ਪਸੰਦ ਆ ਰਹੇ ਹੋਣਗੇ। ਤੁਹਾਡੀ ਫੀਡਬੈਕ ਆਉਂਦੀ ਆ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਸੇ ਤਰ੍ਹਾਂ ਦਾ ਕੋਈ ਸੁਝਾਅ ਹੋਵੇ, ਕਿਸੇ ਤਰ੍ਹਾਂ ਦਾ ਕੋਈ ਸੁਜੈਸ਼ਨ ਸਾਨੂੰ ਦੇਣਾ ਚਾਹੁੰਦੇ ਹੋ, ਜਾਂ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹੋਵੇ, ਜਾਂ ਕਿਸ ਟੋਪਿਕ 'ਤੇ ਅਸੀਂ ਕੋਈ ਖਾਸ ਗੱਲਬਾਤ ਕਰੀਏ, ਉਹਦੇ ਵਾਸਤੇ ਕੋਈ ਸੁਝਾਅ ਤੁਸੀਂ ਸਾਡੇ ਤੱਕ ਪਹੁੰਚਦਾ ਕਰਨਾ ਚਾਹੋ ਤਾਂ tv16toronto@gmail.com ਦੇ ਉੱਤੇ ਜਾ ਕੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੈਗੇ 6475281016 ਦੇ ਉੱਤੇ ਜਾ ਕੇ। ਤੁਸੀਂ ਸਾਨੂੰ ਟੈਕਸਟ ਮੈਸੇਜ ਇਸੇ ਹੀ ਫੋਨ ਨੰਬਰ ਦੇ ਉੱਤੇ ਤੁਸੀਂ ਸਾਨੂੰ ਵਟਸਐਪ ਵੀ ਕਰ ਸਕਦੇ ਹੋ। ਤੁਹਾਡੇ ਸੁਝਾਅ ਆਉਣਗੇ ਤਾਂ ਉਹਨਾਂ ਨੂੰ ਅਸੀਂ ਸਿਰ ਮੱਥੇ ਪ੍ਰਵਾਨ ਕਰਾਂਗੇ। ਸੋ ਆਓ ਅੱਜ ਆਪਾਂ ਅੱਜ ਦੇ ਟੋਪਿਕ ਵੱਲ ਵੱਧਦੇ ਹਾਂ। ਅੱਜ ਦਾ ਟੋਪਿਕ, ਜਿਸ ਤਰ੍ਹਾਂ ਮੈਂ ਪਹਿਲੇ ਐਪੀਸੋਡਸ ਵਿੱਚ ਕਿਹਾ ਸੀਗਾ ਕਿ ਕੁਛ ਦਿਨ ਆਪਾਂ 550ਵਾਂ ਜਿਹੜਾ ਆਪਾਂ ਗੁਰਪੁਰਬ ਗੁਰੂ ਨਾਨਕ ਸਾਹਿਬ ਦਾ ਮਨਾ ਰਹੇ ਹਾਂ, ਉਸ ਦੇ ਨਾਲ ਸੰਬੰਧਿਤ, ਉਸ ਦੇ ਨਾਲ ਰਿਲੇਟਡ ਕੁਛ ਐਪੀਸੋਡ ਜਿਹੜੇ ਨੇ ਉਹ ਆਪਾਂ ਤੁਹਾਡੇ ਰੂਬਰੂ ਕਰਾਂਗੇ। ਸੋ ਅੱਜ ਵੀ ਮੈਂ ਉਸੇ ਨਾਲ ਸੰਬੰਧਿਤ ਜਿਹੜਾ ਟੋਪਿਕ ਹੈ ਉਹ ਮੈਂ ਪਿੱਕ ਕੀਤਾ। ਸੋ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਨਾਲ, ਬਹੁਤ ਸਾਰੇ ਐਕਟਿਵਿਸਟ ਬੰਦੇ ਜਿਹੜੇ ਨੇ ਉਹਨਾਂ ਨਾਲ ਮੈਂ ਗੱਲਬਾਤ ਕਰਨ ਤੋਂ ਬਾਅਦ ਜਿਹੜਾ ਹੈ ਇਹ ਪ੍ਰੋਗਰਾਮ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਕਰਦਾ ਹੈਗਾ। ਬਹੁਤ ਸਾਰੇ ਓਪੀਨੀਅਨ ਲਏ ਜਾਂਦੇ ਨੇ ਅਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਇਸ ਐਪੀਸੋਡ ਨੂੰ ਤਿਆਰ ਕਰਕੇ ਤੁਹਾਡੀ ਨਜ਼ਰ ਵਿੱਚ ਕੀਤਾ ਜਾਂਦਾ ਹੈਗਾ। ਸੋ ਅੱਜ ਵਾਲਾ ਜਿਹੜਾ ਟੋਪਿਕ ਮੈਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਹੀ ਲਿਆ ਹੈਗਾ, ਤਾਂ ਉਹਦੇ ਵਿੱਚ ਆਪਾਂ ਦੇਖ ਰਹੇ ਹੈਗੇ ਹਾਂ ਕਿ ਬਹੁਤ ਸਾਰੇ ਸਮਾਗਮ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਦੇ 550ਵੇਂ ਜਿਹੜਾ ਆਪਾਂ ਗੁਰਪੁਰਬ ਮਨਾ ਰਹੇ ਹਾਂ ਉਹਦੇ ਸੰਬੰਧ ਵਿੱਚ ਹੋ ਰਹੇ ਹੈਗੇ ਨੇ। ਬਹੁਤ ਸਾਰੇ ਵੱਡੇ ਵੱਡੇ ਸਮਾਗਮ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ, ਸਰਕਾਰਾਂ ਆਪਣੇ ਤੌਰ 'ਤੇ ਕਰਵਾਉਣਾ ਚਾਹ ਰਹੀਆਂ ਨੇ, ਸ਼੍ਰੋਮਣੀ ਕਮੇਟੀ ਆਪਣੇ ਤੌਰ 'ਤੇ, ਕੁਛ ਸਾਡੇ ਅਲੱਗ ਅਲੱਗ ਪੋਲੀਟੀਕਲ ਵਿੰਗ ਨੇ ਜਾਂ ਕੁਛ ਸੰਸਥਾਵਾਂ ਨੇ ਉਹ ਆਪਣੇ ਤੌਰ ਦੇ ਉੱਤੇ ਇਸ ਚੀਜ਼ ਨੂੰ ਮਨਾਉਣ ਜਾ ਰਹੀਆਂ ਹੈਗੀਆਂ ਨੇ। ਬਹੁਤ ਚੰਗੀ ਗੱਲ ਆ, ਮਨਾਉਣਾ ਚਾਹੀਦਾ ਹੈਗਾ। ਸੋ ਇੱਥੇ ਜਦੋਂ ਅਸੀਂ ਬੈਠ ਕੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਨਾਲ ਜਿਹੜੇ ਬਹੁਤ ਜ਼ਿਆਦਾ ਇਸ ਚੀਜ਼ ਤੋਂ ਚਿੰਤਤ ਵੀ ਨੇ ਅਤੇ ਇਸ ਚੀਜ਼ ਦੇ ਉੱਤੇ ਨਜ਼ਰ ਵੀ ਬਣਾ ਕੇ ਰੱਖੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜਿਹੜੀ ਇੱਕ ਚੀਜ਼ ਸਾਹਮਣੇ ਆਈ ਉਹ ਇਹ ਸੀਗੀ ਕਿ ਜਿਹੜੇ ਸਮਾਗਮ ਨੇ ਉਹ ਹੋਣੇ ਜ਼ਰੂਰ ਚਾਹੀਦੇ ਨੇ, ਉਹ ਉਹਨਾਂ ਨੂੰ ਕਰਨਾ ਚਾਹੀਦਾ, ਕਿਉਂਕਿ ਅਸੀਂ ਸੈਲੀਬ੍ਰੇਸ਼ਨ ਜਦੋਂ ਕਿਸ ਚੀਜ਼ ਦੀ ਕਰਨੀ ਹੁੰਦੀ ਹੈਗੀ ਆ ਤਾਂ ਇੱਕ ਸਿੱਖ ਧਰਮ ਦਾ ਜਿਹੜਾ ਆਮ ਤੌਰ ਦੇ ਉੱਤੇ ਆਪਾਂ ਜਿਸ ਤਰ੍ਹਾਂ ਨਾਲ ਉਹਨੂੰ ਮਨਾਉਂਦੇ ਹਾਂ ਉਸੇ ਤਰ੍ਹਾਂ ਦੇ ਨਾਲ ਹੀ ਮਨਾਉਣਾ ਚਾਹੀਦਾ ਹੈਗਾ। ਪਰ ਇਹਦੇ ਵਿੱਚ ਕੁਛ ਚੀਜ਼ਾਂ ਅਜਿਹੀਆਂ ਨੇ ਕਿ ਜਿਹਦੇ ਵਿੱਚ ਇਹ ਚੀਜ਼ ਮਹਿਸੂਸ ਕੀਤੀ ਜਾ ਰਹੀ ਹੈਗੀ ਆ ਕਿ ਸਿੱਖ ਸੰਗਤ ਦਾ ਜਿਹੜਾ ਪੈਸਾ ਹੈਗਾ, ਸਿੱਖ ਸੰਗਤ ਵੱਲੋਂ ਕੱਢਿਆ ਹੋਇਆ ਦਸਵੰਧ 1 ਰੁਪਈਏ ਤੋਂ ਲੈ ਕੇ 5, 7, 10, 1000, 10,000, 10,000,000 ਰੁਪਈਏ ਜਿਹੜੇ ਨੇ ਉਹ ਸਿੱਖ ਸੰਗਤਾਂ ਵੱਲੋਂ ਦਾਨ ਕੀਤੇ ਜਾਂਦੇ ਨੇ। ਅਲੱਗ ਅਲੱਗ ਗੋਲਕਾਂ ਦੇ ਵਿੱਚ ਜਿਹੜਾ ਹੈ ਉਹ ਆਪਣੀ ਸ਼ਰਧਾ ਅਨੁਸਾਰ ਲੋਕ ਜਿਹੜਾ ਨੇ ਉਹ ਪਾਉਂਦੇ ਹੈਗੇ ਨੇ। ਗੱਲ ਕਰ ਲਈਏ ਸ਼੍ਰੋਮਣੀ ਕਮੇਟੀ ਦੀ, ਸ਼੍ਰੋਮਣੀ ਕਮੇਟੀ ਦੇ ਵਿੱਚ ਹੀ ਜਿਹੜੇ ਹੈ ਨੇ ਉਹ ਕਰੋੜਾਂ ਅਰਬਾਂ ਦਾ ਜਿਹੜਾ ਹੈ ਉਹ ਚੀਜ਼ ਦਾ ਜਿਹੜਾ, ਜੇ ਆਪਾਂ ਸਿੱਖ ਧਰਮ ਦਾ ਪੈਸਾ ਜਿਹੜਾ ਹੈ ਤਾਂ ਉਹ ਸਿੱਖ ਧਰਮ ਦਾ ਹੀ ਪੈਸਾ ਨਾ, ਅਤੇ ਉਹ ਜਿਹੜਾ ਹੈ ਉਹ ਦਾਨ ਦੇ ਰੂਪ ਦੇ ਵਿੱਚ ਆਪਾਂ ਕਹਿੰਦੇ, ਦਾਨ ਤਾਂ ਨਹੀਂ ਉਸ ਪਰਮਾਤਮਾ ਨੂੰ ਦਿੱਤਾ ਜਾ ਸਕਦਾ, ਪਰ ਜਿਹੜਾ ਆਪਾਂ ਜੋ ਵੀ ਆਪਾਂ ਆਪਣੀ ਸ਼ਰਧਾ ਅਨੁਸਾਰ ਆ ਜਿਹੜਾ ਹੈ ਆਪਣੇ ਵਿੱਤ ਅਨੁਸਾਰ ਜਿਹੜਾ ਹੈ ਉਹਦੇ ਵਿੱਚ ਅਸੀਂ ਗੋਲਕਾਂ ਦੇ ਵਿੱਚ ਪੈਸਾ ਜਿਹੜਾ ਹੈ ਉਹ ਪਾਉਂਦੇ ਹੈਗੇ ਹਾਂ। ਸੋ ਇੱਥੇ ਇੱਕ ਜਿਹੜਾ ਸਾਡੇ ਚਿੰਤਨ ਕਰਨ ਵਾਲਾ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਜਿਹੜੀਆਂ ਸੋਚਣ ਵਾਲੀਆਂ ਚੀਜ਼ਾਂ ਨੇ ਉਹ ਇਹ ਨੇ ਕਿ ਕਿਤੇ ਅਸੀਂ ਇਸ ਮੌਕੇ ਦੇ ਉੱਤੇ ਸਿੱਖ ਧਰਮ ਦਾ ਪੈਸਾ ਜਿਹੜਾ ਹੈ ਉਹਨੂੰ ਕਿਤੇ ਵੱਡੇ ਲੈਵਲ ਦੇ ਉੱਤੇ ਕਿਤੇ ਅਸੀਂ ਉਹ ਸਮਾਗਮਾਂ ਦੇ ਜਿਹੜਾ ਅਸੀਂ ਉਹਨਾਂ ਨੂੰ ਰੂਪ ਦੇ ਰਹੇ ਹੈਗੇ ਹਾਂ। ਸਮਾਗਮ ਮੈਂ ਪਹਿਲਾਂ ਕਿਹਾ ਕਿ ਕਰਨੇ ਚਾਹੀਦੇ ਨੇ, ਉਹਦੇ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਖਦਸ਼ਾ ਨਹੀਂ ਹੈਗਾ, ਜਾਂ ਕੋਈ ਕਿਸੇ ਕਿਸਮ ਦੀ ਕੋਈ, ਆਪਾਂ ਕਈ ਲੋਕ ਜਿਹੜੇ ਨੇ ਇਹਨੂੰ ਕ੍ਰਿਟੀਸਿਜ਼ਮ ਨਾਲ ਜੋੜ ਲੈਂਦੇ ਨੇ, ਅਸੀਂ ਕ੍ਰਿਟੀਸਾਈਜ਼ ਨਹੀਂ ਕਰ ਰਹੇ ਹੈਗੇ, ਲੇਕਿਨ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਸਿੱਖ ਧਰਮ ਦਾ ਜਿਹੜਾ ਕਿਸੇ ਨੇ ਕੋਈ ਆਨਾ ਪੈਨੀ ਜੋ ਵੀ ਕਿਸੇ ਨੇ ਦਿੱਤਾ ਹੈਗਾ ਉਹ ਸਹੀ ਰੂਪ ਵਿੱਚ ਲੱਗਣਾ ਚਾਹੀਦਾ ਹੈਗਾ ਕਿ ਸਿੱਖ ਧਰਮ ਦਾ ਜਿਹੜਾ ਪ੍ਰਚਾਰ ਆ, ਜਿਹੜਾ ਪ੍ਰਸਾਰ ਆ, ਉਹ ਤਾਂ ਲਗਾਤਾਰ ਹੋ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ, ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਕੀਰਤਨ ਜਿਹੜਾ ਹੁੰਦਾ ਹੈਗਾ, ਢਾਡੀ ਜਥੇ ਲੱਗਦੇ ਨੇ, ਜਾਂ ਉਹਦੇ ਵਿੱਚ ਆਪਾਂ ਸਿੱਖ ਵਿਦਵਾਨਾਂ ਵੱਲੋਂ ਜਿਹੜੀ ਕਥਾ ਜਿਹੜੀ ਹੈ ਉਹ ਪ੍ਰਚਾਰਕਾਂ ਵੱਲੋਂ ਪ੍ਰਚਾਰ ਦੇ ਤੌਰ ਦੇ ਉੱਤੇ ਕਥਾ ਜਿਹੜੀ ਹੈ ਉਹ ਕੀਤੀ ਜਾਂਦੀ। ਇਹ
ਇਹ ਰੋਜ਼ ਦਾ ਸਾਡਾ ਆਮ ਜੀਵਨ ਦੇ ਵਿੱਚ ਬਣਿਆ ਹੋਇਆ ਸਿੱਖ ਧਰਮ ਦਾ ਜਿਹੜਾ ਪ੍ਰਸਾਰ ਕਰਨ ਦਾ ਜਿਹੜਾ ਹੈ ਉਹ ਤਰੀਕਾ ਹੈਗਾ ਕਿ ਪ੍ਰਚਾਰ ਇਸ ਤਰ੍ਹਾਂ ਨਾਲ ਕੀਤਾ ਜਾਵੇ। ਇਹਦੇ ਇਹਨਾਂ ਮੌਕਿਆਂ ਦੇ ਉੱਤੇ ਵੀ ਹੋਣਾ ਚਾਹੀਦਾ, ਜ਼ਰੂਰ ਹੋਣਾ ਚਾਹੀਦਾ, ਪਰ ਸਾਡਾ ਇੱਥੋਂ ਇਸ ਚੀਜ਼ ਦਾ ਮੈਸੇਜ ਦੇਣ ਦਾ ਮਤਲਬ ਸਿਰਫ ਇਹੀ ਹੈਗਾ ਕਿ ਆਪਾਂ ਕਿਸੇ ਇਸ ਵਹਿਣ ਦੇ ਵਿੱਚ ਨਾ ਬਹਿ ਜਾਈਏ ਕਿ ਬਹੁਤ ਸਾਰਾ ਪੈਸਾ ਜਿਹੜਾ ਹੈ ਉਹ ਸਿੱਖਾਂ ਦਾ ਅਜਾਈ ਨਾ ਚਲਾ ਜਾਵੇ। ਆਪਾਂ ਨੂੰ ਕੋਈ ਵੀ ਆਪਾਂ ਕੋਈ ਚੀਜ਼ ਕਰਦੇ ਹੈਗੇ ਹਾਂ ਤਾਂ ਉਹਦਾ ਇੱਕ ਆਪਾਂ ਰੂਪ ਰੇਖਾ ਤਿਆਰ ਕਰਦੇ ਹੈਗੇ ਹਾਂ, ਉਹ ਰੂਪ ਰੇਖਾ ਜਿਹੜੀ ਹੈ ਸਾਨੂੰ ਬੜੀ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਆਪਾਂ ਕਰਨਾ ਕੀ ਚਾਹ ਰਹੇ ਹਾਂ, ਉਹਦਾ ਮਕਸਦ ਕੀ ਹੈਗਾ, ਕਿ ਆਪਾਂ ਬਹੁਤ ਸਾਰਾ ਵੱਡਾ ਵੱਡਾ ਅਸੀਂ ਸਮਾਗਮ ਜਿਹੜੇ ਹੈ ਨੇ ਉਹ ਅਲੱਗ ਅਲੱਗ, ਮੇਰਾ ਭਾਵ ਇਹ ਹੈਗਾ ਕਿ ਅਲੱਗ ਅਲੱਗ ਤਰ੍ਹਾਂ ਨਾਲ ਕੋਈ ਕਿਤੇ ਲੱਗ ਰਿਹਾ, ਕੋਈ ਕਿਤੇ ਲੱਗ ਰਿਹਾ ਸਟੇਜ, ਕੋਈ ਕਿਤੇ ਲੱਗ ਰਹੀ ਹੈਗੀ ਆ, ਅਲੱਗ ਅਲੱਗ ਜਿਹੜੀਆਂ ਸਟੇਜਾਂ ਉੱਥੋਂ ਅਸੀਂ ਕੋਈ ਲੋਕਾਂ ਨੂੰ ਪ੍ਰਚਾਰ ਜਿਹੜਾ ਹੈ ਉਹ ਵਧੀਆ ਕਰ ਸਕਦੇ ਹੈਗੇ ਹਾਂ। ਸਵਾਲ ਇਹ ਖੜ੍ਹਾ ਹੁੰਦਾ ਹੈਗਾ ਕਿ ਇਹ ਸਾਰਾ ਕੁਛ ਇੱਕ ਹੀ ਜਗ੍ਹਾ ਦੇ ਉੱਤੇ ਨਹੀਂ ਹੋ ਸਕਦਾ ਸੀਗਾ, ਜਾਂ ਇੱਕ ਹੀ ਜਗ੍ਹਾ ਦੇ ਉੱਤੇ ਨਹੀਂ ਕੀਤਾ ਜਾ ਸਕਦਾ ਹੈਗਾ, ਜਾਂ ਸਿੱਖ ਇੰਨੇ ਵਿਖਰੇਵੇਂ ਵਾਲੇ ਹੋ ਗਏ ਕਿ ਉਹ ਅਲੱਗ ਅਲੱਗ ਜਿਹੜਾ ਹੈ ਉਹ ਜਗ੍ਹਾ ਦੇ ਉੱਤੇ ਸਟੇਜਾਂ ਲਾ ਕੇ ਆਪਣੇ ਤੌਰ ਦੇ ਉੱਤੇ ਉਸ ਪ੍ਰਚਾਰ ਨੂੰ ਪਹੁੰਚਾਉਣਾ ਚਾਹ ਰਹੇ ਆ। ਇਹਦੇ 'ਚ ਇੱਕ ਸਵਾਲ ਪੈਦਾ ਹੁੰਦਾ ਕਿ ਕੀ ਅਸੀਂ ਵਾਕਿਆ ਹੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਦੁਨੀਆ ਤੱਕ ਪਹੁੰਚਾ ਰਹੇ ਹੈਗੇ ਹਾਂ ਕਿ ਸਿਰਫ ਆਪਣਾ ਇੱਕ ਆਪਣੇ ਆਪ ਨੂੰ ਚਮਕਾਉਣ ਵਾਸਤੇ ਕਹਿ ਲਈਏ ਜਾਂ ਆਪਣੇ ਆਪ ਨੂੰ ਵਡਿਆਈ ਲੈਣ ਵਾਸਤੇ ਆਪਾਂ ਇਹ ਚੀਜ਼ ਕਰ ਰਹੇ ਹੈਗੇ ਹਾਂ। ਦੇਖੋ, ਜੇ ਤਾਂ ਆਪਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਦੁਨੀਆ ਤੱਕ ਪਹੁੰਚਾਉਣਾ ਤਾਂ ਫਿਰ ਸਾਨੂੰ ਤਰੀਕਾ ਉਹ ਅਪਣਾਉਣਾ ਪਏਗਾ ਜੋ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਮਾਡਰਨ ਤਰੀਕਾ ਚੱਲ ਰਿਹਾ ਹੈਗਾ, ਕਿਉਂਕਿ ਸਿਰਫ ਅਸੀਂ ਆਪਣਿਆਂ ਨੂੰ ਹੀ ਸਾਰਾ ਕੁਛ ਸੁਣਾ ਕੇ ਜੋ ਰੋਜ਼ਾਨਾ ਜੀਵਨ 'ਚ ਹਰ ਬੰਦਾ ਹੀ ਸੁਣਦਾ ਹੈਗਾ ਅਤੇ ਉਹਦਾ ਸਾਨੂੰ ਇਹ ਲੱਗਦਾ ਹੈਗਾ ਕਿ ਬਹੁਤ ਜ਼ਿਆਦਾ ਅਸੀਂ ਉਸ ਚੀਜ਼ ਦਾ ਮੈਸੇਜ ਨਹੀਂ ਪਹੁੰਚਾ ਸਕਾਂਗੇ। ਮੈਸੇਜ ਤਾਂ ਪਹੁੰਚੇਗਾ ਦੁਨੀਆ ਦੇ ਵਿੱਚ ਕਿ ਜੇ ਉਸਦੀ ਰੂਪਰੇਖਾ ਬਹੁਤ ਵਧੀਆ ਹੋਵੇ, ਕਿ ਜਾਂ ਆਪਾਂ ਸਿਰਫ ਪੋਲੀਟੀਕਲ ਜਿਹੜੇ ਬੰਦੇ ਨੇ ਉਹਨਾਂ ਨੂੰ ਕਿਤੇ ਧਰਮ ਹੋਰ ਧਰਮਾਂ ਦੇ ਧਰਮ ਪ੍ਰਚਾਰਕ ਬੁਲਾ ਲਏ, ਜਾਂ ਆਪਾਂ ਪੋਲੀਟੀਕਲ ਵੱਡੇ VVIP ਬੰਦੇ ਬੁਲਾ ਕੇ ਉਹਨਾਂ ਦੇ ਨਾਲ ਧੱਕੇ ਨਾਲ ਉਹਨਾਂ ਦੇ ਸਿਰਾਂ ਦੇ ਉੱਤੇ ਪੱਗਾਂ ਰੱਖ ਦਿੱਤੀਆਂ, ਜਾਂ ਉਹਨਾਂ ਦੇ ਸਿਰਾਂ ਦੇ ਉੱਤੇ ਅਸੀਂ ਧੱਕੇ ਨਾਲ ਹੀ ਉਹਨਾਂ ਨੂੰ ਸਰੋਪਿਓ ਦੇਣੇ ਸ਼ੁਰੂ ਕਰ ਦਿੱਤੇ, ਜਾਂ ਇਹੋ ਜਿਹੀਆਂ ਬਹੁਤ ਹੋਰ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਅਲੱਗ ਅਲੱਗ ਰੂਪ 'ਚ ਜਦੋਂ ਹੋ ਕੇ ਦਿਖਣਗੀਆਂ ਤਾਂ ਲੋਕਾਂ ਨੂੰ ਸਮਝ ਜਿਹੜੀ ਹੈ ਉਹ ਮੈਨੂੰ ਲੱਗਦਾ ਕਿ ਉਹਦੇ 'ਚ ਨਹੀਂ ਆਏਗੀ ਕਿ ਕੀ ਕਰਨਾ ਕੀ ਚਾਹ ਰਹੇ ਹੈਗੇ ਹਾਂ। ਸੋ ਮਕਸਦ ਸਾਡਾ ਕਲੀਅਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਕਈ ਵਾਰੀ ਇਹ ਚੀਜ਼ ਸਾਨੂੰ ਹੀ ਸਮਝ ਨਹੀਂ ਆਉਂਦੀ ਹੈਗੀ ਕਿ ਆਪਾਂ ਕਰਨਾ ਕੀ ਚਾਹ ਰਹੇ ਹਾਂ, ਉਹ ਜਿਹੜੀਆਂ ਅਲੱਗ ਅਲੱਗ ਰੱਗ ਰਹੀਆਂ ਸਟੇਜਾਂ ਨੇ ਉਹ ਕੀ ਮੈਸੇਜ ਕੀ ਦੇਣਾ ਚਾਹ ਰਹੇ ਨੇ, ਕੀ ਉਹ ਸਿਰਫ ਆਪਣਾ ਆਪ ਹੀ ਦਿਖਾਉਣ ਵਾਸਤੇ ਇਹ ਚੀਜ਼ਾਂ ਹੋ ਰਹੀਆਂ ਨੇ, ਜਾਂ ਵਾਕਿਆ ਹੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅਸੀਂ ਦੁਨੀਆ ਤੱਕ ਪਹੁੰਚਾਉਣ ਦੀ ਕੋਈ ਕੋਸ਼ਿਸ਼ ਕਰਦੇ ਪਏ ਹੈਗੇ ਹਾਂ। ਰੂਪਰੇਖਾ ਜਿਹੜੀ ਆ ਉਹ ਬਹੁਤ ਜ਼ਿਆਦਾ ਕਲੀਅਰ ਨਹੀਂ ਹੈ ਦਿਖ ਰਹੀ ਕਿ ਆਪਾਂ ਲੋਕਾਂ ਨੂੰ ਕੋਈ ਇਹੋ ਜਿਹਾ ਲਿਟਰੇਚਰ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਦਾ ਆਪਾਂ ਬਣਾ ਕੇ ਦੇ ਦਿੱਤਾ ਕਿ ਜਿਹਦੇ ਨਾਲ ਲੋਕ ਜਿਹੜੇ ਨੇ ਉਹ ਉਸ ਸਿੱਖਿਆ ਨੂੰ ਦੁਨੀਆ ਭਰ ਦੇ ਵਿੱਚ ਪਹੁੰਚਾ ਸਕਣ। ਆਪਾਂ ਕਲੀਅਰ ਕਰੀਏ ਇਸ ਚੀਜ਼ ਨੂੰ, ਆਪਾਂ ਇਸ ਚੀਜ਼ ਦੇ ਉੱਤੇ ਉਹ ਆਪਾਂ ਸਮਾਗਮ ਵੀ ਕਰ ਲਏ, ਪੈਸਾ ਵੀ ਇੰਨਾ ਖਰਚ ਦਿੱਤਾ, ਉਹਦਾ ਲਾਭ ਕੀ ਹੈ ਸਾਨੂੰ ਉਹਦਾ, ਕੋਈ ਵੀ ਚੀਜ਼ ਅਸੀਂ ਜਦੋਂ ਕੋਈ ਕਰਨ ਲੱਗਦੇ ਹਾਂ ਉਹਦਾ ਅਸੀਂ ਜਿਹੜਾ ਹੈ ਮਾਈਨਸ ਘਟਾਓ ਜ਼ਰੂਰ ਪਲੱਸ ਮਾਈਨਸ ਜ਼ਰੂਰ ਕਰਦੇ ਹੈਗੇ ਹਾਂ, ਜਾਂ ਉਹਦਾ ਨਫਾ ਨੁਕਸਾਨ ਜਿਹੜਾ ਹੈ ਜਾਂ ਉਹਦਾ ਫਾਇਦਾ ਜੋ ਹੈ ਉਹ ਆਪਾਂ ਨੂੰ ਨਜ਼ਰ ਆਉਣਾ ਚਾਹੀਦਾ ਹੈਗਾ ਕਿ ਆਪਾਂ ਨੂੰ ਉਸ ਚੀਜ਼ ਦਾ ਜਿਹੜਾ ਹੈ ਉਹ ਫਾਇਦਾ ਕੀ ਹੋਏਗਾ, ਕੀ ਉਸ ਤੋਂ ਬਾਅਦ ਸਿੱਖ ਧਰਮ ਦਾ ਜਿਹੜਾ ਪ੍ਰਚਾਰ ਜਿਹੜਾ ਹੈ ਜਿਹੜਾ ਉਸ ਟਾਈਮ ਦੇ ਉੱਤੇ ਕੀਤਾ ਹੋਣਾ, ਕਿ ਉਹਦਾ ਪ੍ਰਸਾਰ ਬਹੁਤ ਜ਼ਿਆਦਾ ਹੋਏਗਾ, ਕਿ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਸਮਝ ਜ਼ਿਆਦਾ ਆ ਜਾਏਗੀ। ਸੋ ਜੇ ਤਾਂ ਆਪਾਂ ਕੋਈ ਇਹੋ ਜਿਹਾ ਤਰੀਕਾ ਅਪਣਾਵਾਂਗੇ ਤਾਂ ਇਹ ਚੀਜ਼ ਸੰਭਵ ਹੋ ਪਾਏਗੀ, ਅਤੇ ਜੇ ਇਹ ਚੀਜ਼ਾਂ ਤੋਂ ਆਪਾਂ ਦੂਰ ਹੋ ਗਏ, ਸਿਰਫ ਆਪਾਂ ਲੋਕਾਂ ਨੂੰ ਸਨਮਾਨਿਤ ਕਰਨ ਤੱਕ ਜਿਹੜਾ ਹੈ ਉਹ ਰੱਖ ਲਿਆ, ਤਾਂ ਫਿਰ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਫਾਇਦਾ ਨਹੀਂ। ਇੱਥੇ ਇੱਕ ਚੀਜ਼ ਜਿਹੜੀ ਮੈਨੂੰ ਤੁਹਾਡੇ ਨਾਲ ਸ਼ੇਅਰ ਕਰਨੀ ਜਿਹੜੀ ਉਹ ਬਣਦੀ ਹੈਗੀ ਆ, ਸਨਮਾਨਿਤ ਮੇਰੇ ਹਿਸਾਬ ਨਾਲ ਇੱਥੇ VIP ਜਾਂ VVIP ਬੰਦੇ ਨਹੀਂ ਕਰਨੇ ਚਾਹੀਦੇ, ਇੱਥੇ ਉਹ ਸ਼ਖਸੀਅਤਾਂ ਸਨਮਾਨਿਤ ਕਰਨੀਆਂ ਚਾਹੀਦੀਆਂ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਸਿੱਖ ਕੌਮ ਵਾਸਤੇ ਕੁਛ ਯੋਗਦਾਨ ਪਾਇਆ ਹੈਗਾ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ।
ਜਾਂ ਉਹ ਵਿਦਵਾਨ ਲੋਕ ਨੇ ਜਾਂ ਐਕਟਿਵਿਸਟ ਲੋਕ ਨੇ ਹਿਸਟੋਰੀਅਨ ਲੋਕ ਨੇ ਜਾਂ ਜਿਨ੍ਹਾਂ ਨੇ ਕੌਮ ਦੇ ਵਾਸਤੇ ਆਪਣਾ ਸਟੈਂਡ ਲਿਆ ਅਤੇ ਜਿਨ੍ਹਾਂ ਨੇ ਰਾਜ ਦੇ ਵਿਰੁੱਧ ਆਪਣੀ ਜਿਹੜੀ ਲੜਾਈ ਆ ਉਹ ਲੜੀ ਹੈਗੀ ਆ, ਜਿਨ੍ਹਾਂ ਨੇ ਤਸ਼ੱਦਦ ਦੇ ਵਿਰੁੱਧ ਖੜ੍ਹੇ ਹੋਏ ਨੇ, ਉਹਨਾਂ ਸ਼ਹੀਦ ਪਰਿਵਾਰਾਂ ਨੂੰ ਵੀ ਇੱਥੇ ਬੁਲਾ ਕੇ ਸਨਮਾਨਿਤ ਕਰਨਾ ਚਾਹੀਦਾ। ਇਹ ਸਨਮਾਨ ਉਹਨਾਂ ਦਾ ਬਣਨਾ ਚਾਹੀਦਾ, ਕਿਉਂਕਿ ਇਹ ਗੁਰੂ ਨਾਨਕ ਨਾਮ ਲੇਵਾ ਜਿਹੜਾ ਹੈ, ਜਿੱਦਾਂ ਗੁਰੂ ਨਾਨਕ ਸਾਹਿਬ ਵੀ ਜਿਹੜੇ ਨੇ ਉਹਨਾਂ ਨੇ ਬਾਬਰ ਨੂੰ ਜਾਬਰ ਆਖਿਆ ਸੀ, ਅਤੇ ਜੇ ਗੁਰੂ ਨਾਨਕ ਸਾਹਿਬ ਤੋਂ ਚੱਲੀ ਹੋਈ ਉਹ ਪਰੰਪਰਾ ਹੈ, ਉਹ ਲਗਾਤਾਰ ਉਹਦਾ ਕੋਈ ਵੀ ਰੂਪ ਹੋਵੇ, ਸਮੇਂ ਸਮੇਂ ਅਨੁਸਾਰ ਰੂਪ ਚੇਂਜ ਹੁੰਦੇ ਨੇ। ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਕਤ ਕੋਈ ਹਥਿਆਰਬੰਦ ਲੜਾਈਆਂ ਲੜੀਆਂ ਜਾਂਦੀਆਂ ਨੇ ਜਾਂ ਹਰ ਵਕਤ ਜਿਹੜੀ ਕੌਮ ਆ ਉਹ ਸਿਰਫ ਜਿਹੜੀ ਆ ਉਹ ਸਿਰਫ ਅਗਰੈਸਿਵ ਹੋ ਕੇ ਹੀ ਕਰਦੀ ਹੈਗੀ ਆ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਲੜਾਈਆਂ ਜਿਹੜੀਆਂ ਨੇ ਉਹ ਤੁਹਾਡੀ ਕਾਬਲੀਅਤ ਦੇ ਉੱਤੇ ਲੜੀਆਂ ਜਾਂਦੀਆਂ ਨੇ, ਤੁਹਾਡੇ ਤੁਸੀਂ ਕਿੰਨੇ ਸਿਰੜੀ ਹੋ, ਤੁਹਾਡਾ ਇਹ ਸਾਰਾ ਕੁਛ ਜਿਹੜਾ ਹੈ ਉਹ ਦੇਖਿਆ ਜਾਂਦਾ। ਅਤੇ ਇਹ ਜਿਹੜਾ ਸਮਾਂ ਇਸ ਟਾਈਮ ਦੇ ਉੱਤੇ ਚੱਲ ਰਿਹਾ ਇਹ ਐਗਜੈਕਟਲੀ ਇਹੀ ਸਮਾਂ ਚੱਲ ਰਿਹਾ ਹੈਗਾ, ਕਿਉਂਕਿ ਕੌਮ ਜਿਹੜੀ ਹੈਗੀ ਆ ਉਹ ਲੀਡਰਲੈਸ ਹੋਈ ਪਈ ਹੈਗੀ ਆ। ਲੀਡਰ ਤਾਂ ਸਾਡੇ ਕੋਲ ਹੈ, ਗੁਰੂ ਨਾਨਕ ਸਾਹਿਬ ਵੱਲੋਂ ਚਲਾਏ ਹੋਏ ਪੰਥ ਦਾ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੋਈ ਵੱਡਾ ਫਲਸਫਾ ਨਹੀਂ ਹੈ, ਪਰ ਫਿਜ਼ੀਕਲ ਤੌਰ ਦੇ ਉੱਤੇ ਕੌਮ ਕੋਲ ਅੱਜ ਲੀਡਰ ਦੀ ਘਾਟ ਹੈ। ਅਤੇ ਲੀਡਰ ਪੈਦਾ ਕਰਨ ਵਾਸਤੇ ਜਿਹੜਾ ਹੈ ਉਹ ਸਾਨੂੰ ਕੌਮ ਦੇ ਵਿੱਚ ਜਜ਼ਬਾ ਪੈਦਾ ਕਰਨਾ ਪਏਗਾ ਕਿ ਜਿਹੜਾ ਬਿਲਕੁਲ ਸਮਰਪਿਤ ਹੋਵੇ। ਜਿਹੜੇ ਆਹ ਲੀਡਰ ਆਪਾਂ ਦੇਖ ਰਹੇ ਹਾਂ, ਅਸੀਂ ਤਾਂ ਇਹਨਾਂ ਨੂੰ ਲੀਡਰ ਕਿਸੇ ਵੀ ਰੂਪ ਦੇ ਵਿੱਚ ਸਵੀਕਾਰ ਨਹੀਂ ਕਰਦੇ, ਨਾ ਕੌਮ ਕਰਦੀ ਹੈ। ਜੇ ਕੌਮ ਕਰਦੀ ਹੋਵੇ ਤਾਂ ਫਿਰ ਜ਼ਰੂਰ ਆਪਾਂ ਵੀ ਸਵੀਕਾਰ ਜਿਹੜਾ ਹੈ ਉਹ ਇਸ ਚੀਜ਼ ਨੂੰ ਕਰ ਲਈਏ। ਸੋ ਸਾਡਾ ਮਕਸਦ ਇਹ ਹੈਗਾ ਕਿ ਆਪਾਂ ਆਪਣੇ ਤੌਰ ਦੇ ਉੱਤੇ ਜਿਹੜਾ ਹੈ ਉਹ ਜਾਗਰਤ ਹੋਈਏ ਕਿ ਅਸੀਂ ਜਾਗੇ ਹਾਂ, ਸਾਨੂੰ ਇਸ ਰੂਪ ਵਿੱਚ ਵੀ ਜਾਗਣਾ ਚਾਹੀਦਾ ਹੈਗਾ। ਇਹ ਸਾਨੂੰ ਆਪਣੇ ਤੌਰ ਦੇ ਉੱਤੇ ਵੀ ਜਿਹੜਾ ਹੈ ਉਹ ਚੀਜ਼ ਸਿਰਫ ਆਪਾਂ ਨਤਮਸਤਕ ਹੋਣਾ ਬਹੁਤ ਚੰਗੀ ਗੱਲ ਆ, ਨਤਮਸਤਕ ਹੋਣਾ ਸਿੱਖ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ, ਗੁਰੂ ਘਰ ਜਾਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਹਰ ਚੀਜ਼ ਉਹ ਸਿੱਖਣੀ ਸੁਣਨੀ ਜਿਹੜੀ ਹੈ ਗਾਉਣੀ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ, ਪਰ ਕੀ ਆਪਾਂ ਉਸ ਤੋਂ ਬਾਅਦ ਉਸ ਸਿੱਖਿਆ ਨੂੰ ਲਗਾਤਾਰ ਲਾਗੂ ਜਿਹੜਾ ਹੈ ਉਹ ਕਰ ਪਾਵਾਂਗੇ? ਤਾਂ ਕਰ ਪਾਵਾਂਗੇ ਜੇ ਅਸੀਂ ਉੱਥੋਂ ਕੁਛ ਸਿੱਖਿਆ ਲੈ ਕੇ ਆਵਾਂਗੇ, ਜੇ ਸਾਨੂੰ ਉੱਥੋਂ ਸਿੱਖਿਆ ਦੇਣ ਵਾਲੇ ਸਿੱਖਿਆ ਦੇਣਗੇ। ਅਤੇ ਬਾਕੀ ਦਾ ਆਉਣ ਵਾਲਾ ਸਮਾਂ ਦੱਸੇਗਾ, ਪਰ ਅਸੀਂ ਆਪਣੇ ਤੌਰ ਦੇ ਉੱਤੇ ਜਿਹੜਾ ਹੈ ਉਹ ਹੋਕਾ ਜਿਹੜਾ ਉਹ ਲਗਾਤਾਰ ਜਿਹੜਾ ਹੈ ਦਿੰਦੇ ਰਹਾਂਗੇ। ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਜਿਹੜਾ ਸਾਡਾ ਐਪੀਸੋਡ ਆ ਇਹ ਪਸੰਦ ਆਵੇਗਾ। ਕਿਸੇ ਤਰ੍ਹਾਂ ਦਾ ਕੋਈ ਸੁਝਾਅ, ਕਿਸੇ ਤਰ੍ਹਾਂ ਦਾ ਕੋਈ ਵੀ ਤੁਸੀਂ ਸਾਨੂੰ ਇਹ ਇਨਫੋਰਮੇਸ਼ਨ ਜਿਹੜੀ ਆ ਸਾਡੇ ਤੱਕ ਪਹੁੰਚਦੀ ਕਰੋਗੇ ਤਾਂ ਅਸੀਂ ਇਸ ਪਲੈਟਫਾਰਮ ਤੋਂ ਜਿਹੜਾ ਹੈ ਉਹ ਦਰਸ਼ਕਾਂ ਤੱਕ ਸਾਂਝੀ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ। ਸੋ ਪਰਮਾਤਮਾ ਨੇ ਸਾਹ ਬਖਸ਼ੇ ਅਤੇ ਕੱਲ੍ਹ ਆਪਾਂ ਦੁਬਾਰਾ ਨਵਾਂ ਐਪੀਸੋਡ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ। ਹੁਣ ਦੇ ਦਿਓ ਮੈਨੂੰ ਇੱਥੇ ਛੁੱਟੀਆਂ। ਸਤਿ ਸ਼੍ਰੀ ਅਕਾਲ ਜੀ।